सत श्री अकाल दोस्तों, तुहाडा सारिआं दा इक बार फिर तो आई न्यूज़ पंजाब दीआं खबरां विच स्वागत है। तुसी इत्थे हर खबर एक एक करके विस्तार विच जाणोगे, पर उस तो पहलां देखदे हां अज दी पहली वड्डी खबर। पंजाब विच कोरोना दा कहर, 24 घंटे विच 106 मौतां। जी हां, दस दईए कि अज पंजाब विच 1514 नवें मरीज रिपोर्ट होए हन। कोरोना कारण पंजाब विच हुण तक 56,999 लोक पॉजिटिव पाए गए ने, जिन्हां विचों 39,742 मरीज ठीक हो चुके, बाकी 15,629 मरीज इलाज अधीन हन। पीड़ित 440 मरीज ऑक्सीजन अते 71 मरीज जिन्हां दी हालत गंभीर है नूं वेंटीलेटर सहारे रख्या गया है। अज सब तो वध नवें मामले लुधियाणा तो 282, जलंधर 171, बठिंडा 163 ते पटियाला तो 160 नवें पॉजिटिव मरीज रिपोर्ट होए हन। हुण तक 1,618 मरीज दम तोड़ चुके ने। अज रिपोर्ट होईआं 106 मौतां विच 8 अमृतसर, 6 पटियाला, 18 लुधियाणा, 11 जलंधर, 10 बठिंडा, 9 मोहाली, 1 मुक्तसर, 2 फरीदकोट, 5 कपूरथला, 3 फतेहगढ़ साहिब, 3 फाजिलका, 5 फिरोजपुर, 8 गुरदासपुर, 5 हुशियारपुर, 1 नवां शहर, 7 रोपड़, 2 संगरूर, 2 तरनतारन तों रिपोर्ट होईआं हन। ਸ਼ਹਿਰਾਂ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ, ਕੂੜੇ ਦੇ ਢੇਰ ਵਿੱਚ ਪਏ ਮਿਲੇ 8 ਗੁਟਕਾ ਸਾਹਿਬ। ਜੀ ਹਾਂ, ਦੱਸ ਦਈਏ ਕਿ ਸ਼ਹਿਰਾਂ ਬਾਜ਼ਾਰ ਵਿਖੇ ਰੇਲਵੇ ਫਾਟਕ ਦੇ ਨਾਲ ਸਥਿਤ ਸ਼ਿਵ ਮੰਦਿਰ ਦੇ ਬਾਹਰ ਕੂੜੇ ਦੇ ਢੇਰ ਵਿੱਚੋਂ ਗੁਟਕਾ ਸਾਹਿਬ ਮਿਲਣ ਦੀ ਖਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਗੁਰਦੁਆਰਾ ਸ਼ਹਿਰਾਂ ਸਾਹਿਬ ਦੇ ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਕਿ ਉਹਨਾਂ ਨੂੰ 8:30 ਵਜੇ ਦੇ ਕਰੀਬ ਸੇਵਾਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਫਾਟਕ ਦੇ ਨਾਲ ਸਥਿਤ ਸ਼ਿਵ ਮੰਦਿਰ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਵਿੱਚ 3 ਗੁਟਕਾ ਸਾਹਿਬ ਪਏ ਹਨ। ਗੁਟਕਾ ਸਾਹਿਬ ਦੀ ਬੇਅਦਬੀ ਦੀ ਖਬਰ ਸੁਣਦਿਆਂ ਹੀ ਮੈਨੇਜਰ ਲਾਲ ਸਿੰਘ ਆਪਣੀ ਟੀਮ ਸਮੇਤ ਉਕਤ ਸਥਾਨ ਤੇ ਪੁੱਜੇ। ਜਦ ਉਸ ਜਗ੍ਹਾ ਤੇ ਜਾ ਕੇ ਦੇਖਿਆ ਤਾਂ ਹੋਰ ਪਾਲ ਕਰਨ ਤੇ ਉੱਥੋਂ 5 ਗੁਟਕਾ ਸਾਹਿਬ ਹੋਰ ਮਿਲੇ। ਕੁੱਲ 8 ਗੁਟਕਾ ਸਾਹਿਬ ਉਸ ਜਗ੍ਹਾ ਤੇ ਪਏ ਹੋਏ ਸੀ, ਜਿਸ ਬਾਰੇ ਤੁਰੰਤ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ। ਵਜ਼ੀਫਾ ਘਪਲੇ ਤੇ ਧਰਮਸੋਤ ਨੇ ਪਹਿਲੀ ਵਾਰ ਤੋੜੀ ਚੁੱਪੀ, ਸਾਹਮਣੇ ਆਇਆ ਵੱਡਾ ਬਿਆਨ। ਜੀ ਹਾਂ, ਦੱਸ ਦਈਏ ਕਿ ਪੰਜਾਬ ਵਿੱਚ ਵਜ਼ੀਫਾ ਘਪਲੇ ਤੇ ਮਜੇ ਘਮਾਸਾਨ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਹਿਲੀ ਵਾਰ ਚੁੱਪੀ ਤੋੜੀ। ਉਹਨਾਂ ਨੇ ਇਸ ਮਾਮਲੇ ਸੰਬੰਧੀ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਪੂਰੀ ਜਾਂਚ ਮੁੱਖ ਸਕੱਤਰ ਨੂੰ ਸੌਂਪ ਦਿੱਤੀ ਹੈ ਤਾਂ ਕਿ ਛੇਤੀ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਕੋਈ ਵੀ ਸਜ਼ਾ ਮਨਜ਼ੂਰ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਵਜ਼ੀਫਾ ਮਾਮਲੇ ਵਿੱਚ ਜੋ ਰਿਪੋਰਟ ਤਿਆਰ ਕੀਤੀ ਗਈ ਹੈ ਉਹ ਇੱਕ ਤਰਫਾ ਹੈ ਅਤੇ ਇਹ ਰਿਪੋਰਟ ਇੰਨੀ ਅਪਾ ਵਿਰੋਧੀ ਹੈ ਕਿ ਕਈ ਜਗ੍ਹਾ ਸਵਾਲ ਖੜੇ ਹੁੰਦੇ ਨੇ। ਖਾਸ ਤੌਰ ਤੇ 39 ਕਰੋੜ ਰੁਪਏ ਦਾ ਕੋਈ ਰਿਕਾਰਡ ਹੀ ਨਹੀਂ ਦੱਸਿਆ ਗਿਆ। ਧਰਮਸੋਤ ਨੇ ਕਿਹਾ ਕਿ ਇਹ ਪੈਸਾ ਕੋਈ ਗਠੜੀ ਨਹੀਂ ਹੈ ਕਿ ਕੋਈ ਚੁੱਕ ਕੇ ਲੈ ਗਿਆ ਹੋਵੇ, ਉਹਨਾਂ ਕੋਲ 1-1 ਪਾਈ ਦਾ ਹਿਸਾਬ ਹੈ। ਬਹਿਬਲ ਕਲਾਂ ਗੋਲੀਕਾਂਡ ਦਾ ਹੁਣ ਹੋਵੇਗਾ ਹਿਸਾਬ। ਮੌਕੇ ਤੇ ਮੌਜੂਦ ਇਹ ਪੁਲਿਸ ਮੁਲਾਜ਼ਮ ਬਣਿਆ ਸਰਕਾਰੀ ਗਵਾਹ। ਜੀ ਹਾਂ, ਦੱਸ ਦਈਏ ਕਿ ਬਹਿਬਲ ਕਲਾਂ ਗੋਲੀਕਾਂਡ ਵਿੱਚ ਨਵਾਂ ਮੋੜ ਸਾਹਮਣੇ ਆ ਗਿਆ ਹੈ। ਜਾਂਚਕਾਰ ਹੀ SIT ਦੇ ਹੱਥ ਵੱਡੀ ਕਾਮਯਾਬੀ ਲੱਗੀ। ਗੋਲੀਕਾਂਡ ਦੇ ਮੁੱਖ ਮੁਲਜ਼ਮ ਤਤਕਾਲੀ SSP ਚਰਨਜੀਤ ਸ਼ਰਮਾ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਸਰਕਾਰੀ ਗਵਾਹ ਬਣ ਗਏ ਨੇ। SIT ਨੇ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਪਾ ਕੇ ਨਾਮਜ਼ਦ ਇੰਸਪੈਕਟਰ ਪ੍ਰਦੀਪ ਸਿੰਘ ਦੇ ਸਰਕਾਰੀ ਗਵਾਹ ਬਣਨ ਬਾਰੇ ਜਾਣਕਾਰੀ ਦਿੱਤੀ। 24 ਸਤੰਬਰ ਨੂੰ ਪ੍ਰਦੀਪ ਸਿੰਘ ਨੇ ਅਦਾਲਤ ਨੂੰ ਤਲਬ ਕੀਤਾ ਹੈ। ਪ੍ਰਦੀਪ ਸਿੰਘ ਤਤਕਾਲੀ SSP ਚਰਨਜੀਤ ਸ਼ਰਮਾ ਦਾ ਰੀਡਰ ਸੀ ਅਤੇ ਬਹਿਬਲ ਕਲਾਂ ਗੋਲੀਕਾਂਡ ਵੇਲੇ ਮੌਕੇ ਤੇ ਮੌਜੂਦ ਸੀ। ਪ੍ਰਦੀਪ ਸਿੰਘ ਤਤਕਾਲੀ SSP ਚਰਨਜੀਤ ਸ਼ਰਮਾ ਦਾ ਰੀਡਰ ਸੀ ਅਤੇ ਬਹਿਬਲ ਕਲਾਂ ਗੋਲੀਕਾਂਡ ਵੇਲੇ ਮੌਕੇ ਤੇ ਮੌਜੂਦ ਸੀ। ਗੋਲੀਕਾਂਡ ਵਿੱਚ 2 ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਅਗਾਊ ਜ਼ਮਾਨਤ ਦੀ ਵਜ੍ਹਾ ਕਰਕੇ ਪ੍ਰਦੀਪ ਨੂੰ ਪੁਲਿਸ ਨੇ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਨੇ SIT ਨਾਲ ਸੰਪਰਕ ਕਰਕੇ ਸਰਕਾਰੀ ਗਵਾਹ ਬਣਨ ਦੀ ਇੱਛਾ ਜਤਾਈ, ਜਿਸ ਤੋਂ ਬਾਅਦ SIT ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਪ੍ਰਦੀਪ ਦੇ ਸਰਕਾਰੀ ਗਵਾਹ ਬਣਨ ਬਾਰੇ ਜਾਣਕਾਰੀ ਦਿੱਤੀ। ਵਿਆਹ ਵਾਲੇ ਘਰ ਵਿੱਚ ਗੁੰਜੀਆਂ ਮੌਤ ਦੀਆਂ ਚੀਕਾਂ,
ਪਲਾਂ ਵਿੱਚ ਪੈ ਗਿਆ ਰੌਣਪੁਰ ਲਾਉਣ। ਜੀ ਹਾਂ, ਦੱਸ ਦਈਏ ਕਿ ਸਥਾਨਕ ਥਾਣਾ ਡਿਵੀਜ਼ਨ ਨੰਬਰ 2 ਦੇ ਇਲਾਕੇ ਕਦਵਈ ਨਗਰ ਵਿੱਚ ਸਥਿਤ ਇੱਕ ਵਿਆਹ ਵਾਲੇ ਘਰ ਵਿੱਚ ਉਸ ਸਮੇਂ ਮੌਤ ਦੀਆਂ ਚੀਕਾਂ ਗੂੰਜ ਗਈਆਂ ਜਦੋਂ ਲਿਫਟ ਵਿੱਚ ਫਸਣ ਕਾਰਨ 15 ਸਾਲਾਂ ਬੱਚੇ ਦੀ ਮੌਤ ਹੋ ਗਈ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਪਲਾਂ ਵਿੱਚ ਹੀ ਰੌਣਪੁਰ ਲਾਉਣ ਪੈ ਗਿਆ। ਜਾਣਕਾਰੀ ਮੁਤਾਬਿਕ ACP ਸੈਂਟਰਲ ਬਰਿਆਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੌਤਮ ਵਾਸੀ ਇਸਲਾਮਗੰਜ ਵਜੋਂ ਹੋਈ। ਪੁਲਿਸ ਨੇ ਮ੍ਰਿਤਕ ਦੀ ਮਾਂ ਪੂਜਾ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕੀਤੀ। ਮਾਂ ਨੇ ਦੱਸਿਆ ਕਿ ਉਹ ਕਦਵਈ ਨਗਰ ਵਿੱਚ ਇੱਕ ਕਾਰੋਬਾਰੀ ਦੀ ਕੋਠੀ ਵਿੱਚ ਕੰਮ ਕਰਦੀ ਹੈ। ਬੁੱਧਵਾਰ ਨੂੰ ਜਦੋਂ ਉਹ ਕੋਠੀ ਵਿੱਚ ਕੰਮ ਕਰਨ ਲਈ ਘਰੋਂ ਨਿਕਲੀ ਤਾਂ ਉਸਦਾ ਬੇਟਾ ਵੀ ਨਾਲ ਚਲਾ ਗਿਆ। ਕੋਠੀ ਮਾਲਕਾਂ ਦੇ ਘਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਵਿਆਹ ਸਮਾਗਮ ਹੈ, ਜਿਸ ਕਾਰਨ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਦੁਪਹਿਰ ਦੇ ਸਮੇਂ ਗੌਤਮ ਕੋਠੀ ਮਾਲਕ ਦੇ ਬੱਚਿਆਂ ਨਾਲ ਲਿਫਟ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਜਦੋਂ ਅਚਾਨਕ ਮਾਂ ਨੇ ਆਵਾਜ਼ ਮਾਰੀ ਤਾਂ ਗੌਤਮ ਲਿਫਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਲਿਫਟ ਚੱਲਣ ਕਾਰਨ ਉਸ ਵਿੱਚ ਫਸ ਕੇ ਉਸ ਦੀ ਮੌਤ ਹੋ ਗਈ। ਦੋਸਤੋ, ਖਬਰਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਹਨ। ਤੁਹਾਡੇ ਤੋਂ ਕੋਈ ਜਾਣਕਾਰੀ ਖੁੰਝ ਨਾ ਜਾਵੇ, ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ, ਕਿਉਂਕਿ ਦੋਸਤੋ ਅਸੀਂ ਸਿਰਫ ਤੁਹਾਡੇ ਲਈ ਸੱਚੀਆਂ ਖਬਰਾਂ ਤੇ ਕੰਮ ਦੀਆਂ ਖਬਰਾਂ ਹੀ ਲਿਆਉਂਦੇ ਹਾਂ। ਇਹਨਾਂ ਰਾਜਾਂ ਵਿੱਚ ਅੱਜ ਮੀਂਹ ਦੇ ਸਕਦਾ ਹੈ ਦਸਤਕ। ਜੀ ਹਾਂ, ਦੱਸ ਦਈਏ ਕਿ ਮੌਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਕਈ ਇਲਾਕਿਆਂ ਵਿੱਚ ਹੜ੍ਹਾਂ ਦਾ ਕਾਰਨ ਬਣ ਰਿਹਾ ਹੈ। ਵੱਖ-ਵੱਖ ਰਾਜਾਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਅਤੇ ਦੂਜੇ ਪਾਸੇ ਮੌਸਮ ਵਿਭਾਗ ਨੇ ਵੀਰਵਾਰ ਨੂੰ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ। ਬੁੱਧਵਾਰ ਨੂੰ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਇਸ ਦੇ ਨਾਲ ਹੀ ਦਿੱਲੀ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ ਮੀਂਹ ਦਾ ਦੌਰ ਅਗਲੇ 5 ਦਿਨਾਂ ਤੱਕ ਦਿੱਲੀ ਵਿੱਚ ਜਾਰੀ ਰਹੇਗਾ ਅਤੇ ਵੀਰਵਾਰ ਨੂੰ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਹਰਿਆਣਾ ਅਤੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਮੌਸਮ ਵਿਭਾਗ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਅਨੁਸਾਰ ਤਾਪਮਾਨ 34.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ 2 ਦਿਨਾਂ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। 2 ਮੀਟਰ ਦੂਰ ਤੋਂ ਵੀ ਫੈਲ ਸਕਦਾ ਹੈ ਕੋਰੋਨਾ, ਏਅਰ ਟ੍ਰਾਂਸਮਿਸ਼ਨ ਨੂੰ ਲੈ ਕੇ ਖੋਜ ਵਿੱਚ ਹੋਇਆ ਖੁਲਾਸਾ। ਜੀ ਹਾਂ, ਦੱਸ ਦਈਏ ਕਿ ਇੱਕ ਚੀਨੀ ਬੱਸ ਵਿੱਚ ਕੋਰੋਨਾ ਵਾਇਰਸ ਵਿੱਚ ਹਵਾ ਵਿੱਚ ਸੰਚਾਰਨ ਨੂੰ ਲੈ ਕੇ ਕੀਤੀ ਗਈ ਖੋਜ ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ। ਇਸ ਰਿਸਰਚ ਵਿੱਚ ਕੋਵਿਡ-19 ਦਾ ਇੱਕ ਏਅਰ ਪ੍ਰਸਾਰਣ ਪ੍ਰਗਟ ਕੀਤਾ, ਜਿਸ ਵਿੱਚ ਬੱਸ ਵਿੱਚ ਬੈਠੇ ਸਿਰਫ ਇੱਕ ਵਿਅਕਤੀ ਨੂੰ ਕੋਰੋਨਾ ਸੰਕ੍ਰਮਿਤ ਸੀ ਅਤੇ ਬੱਸ ਵਿੱਚ ਬੈਠੇ 2 ਦਰਜਨ ਤੋਂ ਵੱਧ ਲੋਕਾਂ ਨੂੰ ਸੰਕ੍ਰਮਿਤ ਕਰਨ ਦੇ ਯੋਗ ਸੀ। ਇਹ ਖੋਜ ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਖੋਜ ਵਾਇਰਸ ਬਾਰੇ ਨਵੇਂ ਸਬੂਤ ਪੇਸ਼ ਕਰਦੀ ਹੈ ਅਤੇ ਜਿਸ ਬਾਰੇ ਹਰ ਦਿਨਾਂ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ। 2 ਮੀਟਰ ਦੇ ਬਾਅਦ ਵੀ ਪ੍ਰਸਾਰਣ ਦੇ ਸਮਰੱਥ। ਜੀ ਹਾਂ, ਦੱਸ ਦਈਏ ਕਿ ਖੋਜ ਨੇ ਪਾਇਆ ਹੈ ਕਿ ਉਹ ਵਿਅਕਤੀ ਉਹਨਾਂ ਲੋਕਾਂ ਨੂੰ ਵੀ ਸੰਕ੍ਰਮਿਤ ਕਰ ਸਕਦਾ ਸੀ ਜਿਹੜੇ ਸਿੱਧੇ ਸੰਪਰਕ ਵਿੱਚ ਨਹੀਂ ਸਨ। ਮਹਾਮਾਰੀ ਦੀ ਸ਼ੁਰੂਆਤ ਵੇਲੇ ਸਿਹਤ ਅਧਿਕਾਰੀ ਵਿਸ਼ਵਾਸ ਨਹੀਂ ਕਰਦੇ ਸਨ ਕਿ ਵਾਇਰਸ ਹਵਾਦਾਰ ਹੈ, ਮਤਲਬ ਕਿ ਵਾਇਰਸ ਹਵਾ ਦੇ ਜ਼ਰੀਏ ਛੂਤ ਵਾਲੇ ਸੂਖਮ ਬੂੰਦਾਂ ਨੂੰ ਸੰਚਾਰਿਤ ਕਰ ਸਕਦਾ ਹੈ। ਪਰ ਜਿਵੇਂ ਸਬੂਤ ਸਾਹਮਣੇ ਆਉਂਦੇ ਰਹੇ, ਵਿਗਿਆਨੀਆਂ ਨੂੰ ਵੀ ਆਪਣੀ ਗੱਲ ਤੋਂ ਪਿੱਛੇ ਹਟਣਾ ਪਿਆ। ਸਰਕਾਰ ਨੇ ਪਬਜੀ ਸਮੇਤ 118 ਮੋਬਾਈਲ ਐਪਲੀਕੇਸ਼ਨਾਂ ਤੇ ਲਗਾਈ ਪਾਬੰਦੀ। ਜੀ ਹਾਂ, ਦੱਸ ਦਈਏ ਕਿ ਸੂਚਨਾ ਅਤੇ ਟੈਕਨੋਲੋਜੀ ਮੰਤਰਾਲੇ ਨੇ ਅੱਜ ਵੱਡਾ ਫੈਸਲਾ ਲੈਂਦਿਆਂ 118 ਮੋਬਾਈਲ ਐਪਸ ਤੇ ਪਾਬੰਦੀ ਲਗਾ ਦਿੱਤੀ। ਇਹਨਾਂ ਵਿੱਚ ਮਸ਼ਹੂਰ ਚੀਨੀ ਗੇਮ ਪਬਜੀ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਰਤ ਅਤੇ ਚੀਨ ਵਿਚਾਲੇ ਸੀਮਾ ਵਿਵਾਦ ਵਿੱਚ ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ ਤੇ ਪਾਬੰਦੀ ਲਗਾਈ ਗਈ ਸੀ। ਇਹਨਾਂ ਬੈਨ ਹੋਣ ਵਾਲੇ ਐਪਸ ਵਿੱਚ ਟਿਕਟੋਕ ਅਤੇ ਰੂਸੀ ਬ੍ਰਾਊਜ਼ਰ ਵੀ ਸ਼ਾਮਿਲ ਸੀ। ਸਰਕਾਰ ਨੇ ਸ਼ੇਅਰ ਇਟ, MI ਵੀਡੀਓ ਕਾਲ, ਵੀਗੋ ਵੀਡੀਓ 3+, ਲਿੱਕੀ 20 ਮੈਟ, ਯੂਸੀ ਨਿਊਜ਼ ਵਰਗੇ ਐਪਸ ਉੱਤੇ ਵੀ ਰੋਕ ਲਗਾ ਦਿੱਤੀ ਸੀ ਜੋ ਕਿ ਲੋਕਾਂ ਵਿੱਚ ਕਾਫੀ ਮਸ਼ਹੂਰ ਸਨ। ਬੇਹੱਦ ਸ਼ਰਮਨਾਕ ਘਟਨਾ, ਘਰ ਵਿੱਚ ਦਾਖਲ ਹੋ ਕੇ ਪਹਿਲਾਂ ਵਿਅਹੁਤਾ ਦੀ ਕੀਤੀ ਕੁੱਟਮਾਰ, ਫਿਰ ਮਿਟਾਈ ਹਵਸ। ਜੀ ਹਾਂ, ਦੱਸ ਦਈਏ ਕਿ ਗੁਰਦਾਸਪੁਰ ਸਦਰ ਪੁਲਿਸ ਸਟੇਸ਼ਨ ਅਧੀਨ ਇੱਕ ਪਿੰਡ ਵਿੱਚ ਵਿਅਹੁਤਾ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਸ਼ਿਕਾਇਤ ਮਿਲਦਿਆਂ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸਦਾ ਪਤੀ ਅਤੇ ਸੱਸ ਪਠਾਨਕੋਟ ਦਵਾਈ ਲੈਣ ਗਏ ਹੋਏ ਸੀ ਅਤੇ ਉਹ ਘਰ ਵਿੱਚ ਇਕੱਲੀ ਸੀ। ਸ਼ਾਮ
शाम लगभग 7 बजे राजविंदर सिंह नां दा व्यक्ति उसके घर आया अते उस नाल गल करन लई कमरे विच लै गया जिथे ओह उस नाल अश्लील हरकतां करन लगा। इस दौरान जदों उसने रौला पाया तां मुलजम ने उसकी बेरहमी नाल कुटमार कीती अते जबरदस्ती जबरजना कीता अते धमकियां दिंदा होया मौके तों फरार हो गया। इस मामले की जांच कर रही महिला सब इंस्पैक्टर गुरप्रीत कौर अनुसार मुलजम खिलाफ केस दर्ज करके उसकी तलाश शुरू कर दी गई। वड्डी वारदात 15 दे करीब नौजवानों ने तेजतर हथियारां नाल वड्डे पुलिस मुलाजम। जी हाँ, दस दईए कि करोना बीमारी कारण सरकार वल्लों रात दा करफ्यू लगाया गया है तां कि बीमारी नूं फैलन तों रोकिया जा सके। पुलिस पार्टियां शाम 7 बजे तों अपनी गश्त तेज कर दिंदियां हन कि लोक करफ्यू की उलंघना ना कर सकन। पुलिस चौंकी भूंगा दे इंचार्ज ASI राजविंदर सिंह पुलिस पार्टी समेत अड्डादू सड़कां विखे लाए गए नाके दौरान मौजूद सन। रात 10 बजे के करीब शराब ठेका नजदीक 15 मुंडे हुल्लड़बाजी कर रहे सन। पुलिस वालों उन्हां नूं उत्थे चले जाण लई आखिया गया पर नशे विच धुत नौजवानों वालों पुलिस पार्टी के तेज हथियारां नाल वड्ड दिता गया, जिस नाल पुलिस चौंकी भूंगा के इंचार्ज राजविंदर सिंह, होमगार्ड जवान सुरिंदर सिंह अते गुरपाल सिंह गंभीर जख्मी हो गए, जिन्हां नूं सरकारी हस्पताल भूंगा विखे दाखिल करवाया गया। दोस्तों, जे तुहानू यह साडी जानकारी वधिया लगी तां कमेंट करके दस्यो, लाइक ते शेयर जरूर करियो अते साडे चैनल नू सबसक्राइब करना ना भुल्यो। धन्यवाद।